ਹਰਦੀਪ ਕੌਰ ਯੂਫੋ ਨਿਊਜ਼ ਤੋਂ ਪੇਸ਼ ਕਰਦੀਆਂ ਪੰਜਾਬੀ ਖਬਰਾਂ। ਭਾਰਤੀ ਸੱਭਿਅਤਾ ਦਾ ਪ੍ਰਤੀਕ ਖੇਤਰੀ ਸਰਸ ਮੇਲਾ ਹੁਸ਼ਿਆਰਪੁਰ ਦੇ ਮਲਟੀਪਲ ਲਾਜਵੰਤੀ ਆਊਟਡੋਰ ਖੇਡ ਸਟੇਡੀਅਮ ਵਿਖੇ ਸ਼ੁਰੂ ਹੋ ਗਿਆ ਹੈ। ਇਸ ਮੇਲੇ ਦੀ ਸ਼ੁਰੂਆਤ ਪੇਂਡੂ ਵਿਕਾਸ ਤੇ ਪੰਚਾਇਤਾਂ ਅਤੇ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ ਪੰਜਾਬ ਸ਼੍ਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵੱਲੋਂ ਕੀਤੀ ਗਈ। ਇਸ ਦੌਰਾਨ ਅੰਮ੍ਰਿਤਸਰ ਰੇਲ ਹਾਦਸੇ ਦੌਰਾਨ ਜਾਨ ਗੁਆ ਚੁੱਕੇ ਵਿਅਕਤੀਆਂ ਨੂੰ 2 ਮਿੰਟ ਦਾ ਮੌਨ ਧਾਰਨ ਦੇ ਕੇ ਸ਼ਰਧਾਂਜਲੀ ਦਿੱਤੀ ਗਈ। ਇਸ ਮੌਕੇ ਉਦਯੋਗ ਤੇ ਵਣ ਮੰਤਰੀ ਪੰਜਾਬ ਸ਼੍ਰੀ ਸ਼ਾਮ ਸੁੰਦਰ ਅਰੋੜਾ, ਹਲਕਾ ਵਿਧਾਇਕ ਸ਼੍ਰੀ ਸੰਗਤ ਸਿੰਘ ਗਿਲਾਜ਼ੀਆ, ਹਲਕਾ ਵਿਧਾਇਕ ਡਾਕਟਰ ਰਾਜਕੁਮਾਰ, ਡਿਪਟੀ ਕਮਿਸ਼ਨਰ ਸ਼੍ਰੀਮਤੀ ਈਸ਼ਾ ਕਾਲੀਆ, SSP JL ਜੇਲੀਅਨ ਅਤੇ ADC ਸ਼੍ਰੀ ਹਰਬੀਰ ਸਿੰਘ ਵੀ ਵਿਸ਼ੇਸ਼ ਤੌਰ 'ਤੇ ਮੌਜੂਦ ਸਨ। ਦੇਸ਼ ਦੇ 24 ਰਾਜਾਂ ਤੋਂ ਆਏ ਦਸਤਕਾਰਾਂ ਦੇ ਕਰੀਬ 660 ਸਟਾਲਾਂ ਦਾ ਦੌਰਾ ਕਰਕੇ ਉਹਨਾਂ ਹੱਥਾਂ ਨਾਲ ਦਸਤਕਾਰੀ ਕਰਨ ਵਾਲੇ ਇਹਨਾਂ ਮਿਹਨਤੀ ਕਸ਼ ਵਿਅਕਤੀਆਂ ਦੀ ਹੌਸਲਾ ਅਫਜ਼ਾਈ ਕੀਤੀ। ਇਸ ਉਪਰੰਤ ਉਹਨਾਂ ਅੰਮ੍ਰਿਤਸਰ ਹਾਦਸੇ ਦੌਰਾਨ ਜਾਨ ਗੁਆ ਚੁੱਕੇ ਵਿਅਕਤੀਆਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਕਿਹਾ ਕਿ ਇਹ ਬੜਾ ਦਰਦਨਾਕ ਹਾਦਸਾ ਵਾਪਰਿਆ ਹੈ ਅਤੇ ਪੰਜਾਬ ਸਰਕਾਰ ਪੀੜਿਤ ਪਰਿਵਾਰਾਂ ਨਾਲ ਮੁੰਡੇ ਨਾਲ ਮੁੰਡਾ ਜੋੜ ਕੇ ਖੜੀ ਹੈ। ਮੈਂ ਚਾਹਾਂਗਾ ਕਿ ਅਸੀਂ ਸਾਰੇ ਆਪਣੀ ਆਪਣੀ ਜਗ੍ਹਾ 'ਤੇ ਖੜ੍ਹੇ ਹੋ ਕੇ ਜੋ ਕਿ ਅਸੀਂ ਹੁਸ਼ਿਆਰਪੁਰ ਵਿੱਚ ਦੁਬਾਰਾ ਕਰਵਾਉਣ ਜਾ ਰਹੇ ਹਾਂ ਆਪਣੇ ਆਪ ਜਿਹੜੇ ਆਰਟਿਸਟ ਆਏ ਨੇ ਇਹ ਹਿੰਦੁਸਤਾਨ 'ਚ ਇੱਕ ਡਾਇੰਗ ਆਰਟ ਆਰਟਿਸਟ ਖਤਮ ਹੋ ਰਹੇ ਨੇ ਕਿਉਂਕਿ ਇਹਨਾਂ ਦੀ ਕਦਰ ਨਹੀਂ ਪੈ ਰਹੀ। ਮਸ਼ੀਨੀ ਯੁੱਗ ਆ ਗਿਆ, ਮਸ਼ੀਨੀ ਕੱਪੜਾ, ਮਸ਼ੀਨੀ ਕਢਾਈ, ਸੋ ਇਹ ਵਿਚਾਰੇ ਇਗਨੋਰ ਫੀਲ ਕਰ ਰਹੇ। ਇਸ ਸਾਹਿਬ ਨੂੰ ਕਹਾਂਗਾ, ਆਪਣੇ ਡਿਪਾਰਟਮੈਂਟ ਨੂੰ ਕਹਾਂਗਾ ਕਿ ਮੈਨੂੰ ਸੁਜੈਸ਼ਨਾਂ ਦੇਣ, ਜ਼ਰੂਰ ਕੀਤਾ ਜਾਏ।
ਇਹਨੇ ਜਾਣਾ ਚਲੇ ਗਿਆ। ਸਿੱਧੂ ਪਰਿਵਾਰ ਦਾ ਇੱਕ ਇਨਵਾਈਟੀ ਸੀਗਾ, ਜਿਵੇਂ ਅੱਜ ਮੈਂ ਇੱਥੇ ਇਨਵਾਈਟੀ ਆ। ਅਨਫੋਰਚੁਨੇਟਲੀ ਸਿਰਫ ਗੱਲ ਹੋ ਜਾਂਦੀ ਮੇਰਾ ਕਸੂਰ ਕੀ ਜਾਂ ਡੀ ਸਾਹਿਬ ਦਾ ਕਸੂਰ ਕੀ ਜਾਂ ਕਿਸੇ ਐਮ ਐਲ ਏ ਸਾਥੀ ਦਾ ਕੀ ਕਸੂਰ, ਅਰੋੜਾ ਸਾਹਿਬ ਲੋਕਲ ਵਜ਼ੀਰ ਇਹਨਾਂ ਦਾ ਕੀ ਕਸੂਰ। ਮਿਸਿਸ ਸਿੱਧੂ ਨੇ ਸੱਦਿਆ, ਉਹ ਮੇਲੇ 'ਤੇ ਚਲੀ ਗਈ, ਅਨਫੋਰਚੁਨੇਟ ਹੈਪਨਿੰਗ ਹੋ ਗਈ। ਉਹ 'ਚ ਵੀ ਸਿੱਧੂ ਦਾ ਕੀ ਕਸੂਰ, ਫਿਰ ਆਪੋਜੀਸ਼ਨ ਵਾਲੇ ਆਪਣੀ ਗੇਮ ਖੇਡ ਰਹੇ, ਉਹਨਾਂ ਦਾ ਹੱਕ ਆ ਖੇਡੀ ਜਾਣ, ਕੋਈ ਗੱਲ ਨਹੀਂ। ਇੱਕ ਟ੍ਰੇਨ ਦੂਜੇ ਪਾਸੇ ਆ ਰਹੀ, ਇੱਕ ਟ੍ਰੇਨ ਉਹਨੇ ਦੋਵੇਂ ਪਾਸੇ ਗ੍ਰੀਨ ਸਿਗਨਲ ਦਿੱਤਾ, ਉਹਦਾ ਕਸੂਰ ਕਿਉਂ ਨਹੀਂ? ਮਿਸਿਸ ਸਿੱਧੂ ਮੇਲੇ 'ਤੇ ਚਲੇ ਗਈ, ਉਹਦਾ ਕਸੂਰ ਹੈ? ਜਿਹਨੇ ਗ੍ਰੀਨ ਸਿਗਨਲ ਦਿੱਤੇ ਉਹਦਾ ਕਸੂਰ ਕਿਉਂ? ਰੇਲਵੇ ਡਿਪਾਰਟਮੈਂਟ ਦਾ ਮੇਜਰ ਰੋਲ ਆ, ਗਲਤੀ ਰੇਲਵੇ ਡਿਪਾਰਟਮੈਂਟ ਦੀ ਹੈ। ਅਨਫੋਰਚੁਨੇਟ ਗੱਲ ਹੈ ਵੀ ਰੇਲਵੇ ਡਿਪਾਰਟਮੈਂਟ ਸਿਰਫ ਉਹ ਇਨਕੁਆਇਰੀ ਕਰਦੀ ਹੈ ਜਿਹੜੀ ਰੇਲ ਦੇ ਡੱਬੇ 'ਚ ਕੋਈ ਡੈਥ ਹੋਏ।